ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਸਨੈਕਸ ਬਣ ਕੇ ਤਿਆਰ ਹੋਏ ਨੇ। ਬਾਹਰੋਂ ਬਿਲਕੁਲ ਕ੍ਰਿਸਪੀ ਤੇ ਅੰਦਰੋਂ ਬਿਲਕੁਲ ਨਰਮ। ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਜੀ ਰਾਤ ਦੀ ਬਚੀ ਹੋਈ ਰੋਟੀ ਤੋਂ ਨਾਸ਼ਤਾ। ਨਾ ਕਦੀ ਤੁਸੀਂ ਬਣਾਇਆ ਹੋਏਗਾ ਤੇ ਨਾ ਹੀ ਕਦੀ ਖਾਧਾ ਹੋਏਗਾ। ਅਕਸਰ ਘਰਾਂ ਦੇ ਵਿੱਚ ਰਾਤ ਨੂੰ ਰੋਟੀਆਂ ਬਚ ਜਾਂਦੀਆਂ ਨੇ। ਬਚੀਆਂ ਹੋਈਆਂ ਰੋਟੀਆਂ ਤੋਂ ਜੇ ਇੱਕ ਹੈਲਦੀ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਤੇ ਉਹ ਆਪਾਂ ਕਿਸ ਤਰ੍ਹਾਂ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਕੀ ਸਮਾਨ ਪਾਵਾਂਗੇ ਉਹ ਆਪਾਂ ਇੱਕ ਵਾਰੀ ਵੇਖ ਲੈਂਦੇ ਹਾਂ। ਇਹ ਨੇ ਜੀ ਸਾਡੀਆਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਦੋ ਤੇ ਥੋੜੀ ਜਿਹੀ ਲਈ ਆਪਾਂ ਮੇਥੀ, 5 ਤੋਂ 6 ਲਏ ਅਸੀਂ ਉਬਲੇ ਹੋਏ ਆਲੂ, 1 ਪਿਆਜ, 3-4 ਲਈਆਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਲਿਆ ਅਸੀਂ 2 ਚਮਚ ਦੇ ਕਰੀਬ ਅਰਾਰੋਟ। ਇਹ ਪਾਉਣ ਲੱਗੇ ਅਸੀਂ ਮਾਤਰਾ ਥੋੜੀ ਜਿਹੀ ਘਟਾ ਲਾਂਗੇ ਤੇ ਹੁਣ ਆਪਾਂ ਕਰਦੇ ਹਾਂ ਜੀ ਸ਼ੁਰੂ ਬਣਾਉਣਾ ਸਮਾਨ। ਹੁਣ ਆਪਾਂ ਰੋਟੀਆਂ ਨੂੰ ਜੀ ਇੱਦਾਂ ਟੋਟੇ ਕਰਕੇ ਛੋਟੇ ਛੋਟੇ ਤੇ ਇਹਨਾਂ ਨੂੰ ਹੱਥਾਂ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਮਸਲ ਕੇ ਇਹਦੇ ਬਰੀਕ ਬਰੀਕ ਪਾਊਡਰ ਦੀ ਤਰ੍ਹਾਂ ਬਣਾ ਲਾਂਗੇ ਅਸੀਂ ਦਰਦਰਾ ਜਿਹਾ। ਦਰਦਰੇ ਪੀਸ ਇਹਨਾਂ ਦੇ ਟੁਕੜੇ ਕਰ ਲਾਂਗੇ ਅਸੀਂ ਆਟੇ ਦੀ ਤਰ੍ਹਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਮਸਲ ਕੇ। ਤੁਸੀਂ ਦੇਖ ਸਕਦੇ ਹੋ ਕਿ ਰੋਟੀਆਂ ਸਾਡੀਆਂ ਹੋ ਗਈਆਂ ਨੇ ਤਿਆਰ। ਸਾਨੂੰ ਇਸੇ ਤਰ੍ਹਾਂ ਦੀਆਂ ਰੋਟੀਆਂ ਦਰਦਰੀਆਂ ਚਾਹੀਦੀਆਂ ਟੁਕੜਿਆਂ ਵਾਲੀਆਂ ਤੇ ਹੁਣ ਆਪਾਂ ਛਿੱਲ ਲੈ ਆਲੂ। ਇਸੇ ਤਰ੍ਹਾਂ ਆਪਾਂ ਸਾਰੇ ਆਲੂ ਛਿੱਲ ਕੇ ਰੱਖ ਲੈਂਦੇ ਵਿੱਚ ਰੋਟੀਆਂ ਦੇ। ਤੁਸੀਂ ਦੇਖ ਸਕਦੇ ਹੋ ਆਲੂ ਆਪਾਂ ਸਾਰੇ ਛਿੱਲ ਲਏ ਨੇ ਤੇ ਹੁਣ ਆਪਾਂ ਕੱਟ ਲੈਂਦੇ ਹਾਂ ਜੀ ਹਰੀਆਂ ਮਿਰਚਾਂ। ਕੱਟ ਮਾਰ ਕੇ ਆਪਾਂ ਬਰੀਕ ਬਰੀਕ ਪੀਸ ਕਰਾਂਗੇ ਮਿਰਚਾਂ ਦੇ। ਨਾਲ ਕੱਟ ਲੈਂਦੇ ਹਾਂ ਪਿਆਜ ਲੰਬੇ ਸਲਾਈਸ ਦੇ ਵਿੱਚ ਪਤਲੇ ਪਤਲੇ ਪੀਸ ਕੱਟਾਂਗੇ ਆਪਾਂ। ਇਸੇ ਤਰ੍ਹਾਂ ਆਪਾਂ ਲੰਬੇ ਲੰਬੇ ਪੀਸ ਕੱਟਣੇ ਨੇ ਪਿਆਜ ਦੇ ਪਤਲੇ ਪਤਲੇ। ਹੁਣ ਆਪਾਂ ਇੱਥੇ ਲਏ 1 ਚਮਚ ਮੇਥੀ, ਉਹਨੂੰ ਹੱਥਾਂ ਨਾਲ ਮਸਲ ਕੇ ਵਿੱਚ ਪਾ ਦਾਂਗੇ ਤੇ ਨਾਲ ਹੀ ਰਹੇ 2 ਚਮਚ ਅਰਾਰੋਟ ਦੇ। ਨਮਕ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾਵਾਂਗੇ ਅਸੀਂ 1/2 ਚਮਚ ਰੈੱਡ ਚਿੱਲੀ ਪਾਊਡਰ ਤੇ 1/2 ਚਮਚ ਪਾਵਾਂਗੇ ਅਸੀਂ ਅਜਵਾਇਣ ਹੱਥਾਂ ਨਾਲ ਮਸਲ ਕੇ। ਸਾਰੇ ਮਸਾਲੇ ਆਪਾਂ ਪਾ ਲਏ ਨੇ ਤੇ ਹੁਣ ਆਪਾਂ ਕਰ ਲੈਂਦੇ ਜੀ ਇਹਨਾਂ ਨੂੰ ਮਿਕਸ। ਆਲੂਆਂ ਨੂੰ ਫੇਰਾਂਗੇ ਪਹਿਲਾਂ ਚੰਗੀ ਤਰ੍ਹਾਂ। ਅਰਾਰੋਟ ਆਪਾਂ ਇੱਥੇ ਬਾਈਂਡਿੰਗ ਵਾਸਤੇ ਬਣਾਇਆ, ਇਹਦੇ ਨਾਲ ਸਨੈਕਸ ਆਪਾਂ ਜਿਹੜਾ ਬਣਾਉਣਾ ਇਹਦੇ ਨਾਲ ਜੋੜ ਵਧੀਆ ਬਣ ਜਾਏਗਾ। ਇਸੇ ਤਰ੍ਹਾਂ ਹੀ ਆਪਾਂ ਮਸਾਲੇ ਨੂੰ ਸਾਰਿਆਂ ਨੂੰ ਜਿਹੜਾ ਮਿਕਸ ਬਣਾਇਆ ਆਪਾਂ ਇਹ ਆਲੂ ਦਾ ਤੇ ਰੋਟੀ ਦਾ, ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਮਸਲ ਕੇ ਇੱਕ ਡੋ ਤਿਆਰ ਕਰ ਲਾਂਗੇ। ਸਾਡਾ ਆਟੇ ਦਾ ਤੇ ਰੋਟੀ ਦਾ ਮਿਸ਼ਰਣ ਹੋ ਗਿਆ ਜੇ ਤਿਆਰ ਤੇ ਹੁਣ ਆਪਾਂ ਵੱਟਾਂਗੇ ਜੀ ਇਹਨਾਂ ਦੀਆਂ ਟਿੱਕੀਆਂ। ਤੁਸੀਂ ਇਹਨੂੰ ਕੋਈ ਵੀ ਆਕਾਰ ਦੇ ਸਕਦੇ ਹੋ, ਅਸੀਂ ਇਸ ਤਰ੍ਹਾਂ ਗੋਲ ਬਣਾਵਾਂਗੇ। ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਟਿੱਕੀਆਂ ਗੋਲ ਕਰ ਲੈਂਦੇ ਹਾਂ। ਹੁਣ ਆਪਾਂ ਕਰ ਲਈਆਂ ਨੇ ਜੀ ਸਾਰੀਆਂ ਟਿੱਕੀਆਂ। ਤੇ ਹੁਣ ਚੱਲਦੇ ਹਾਂ ਜੀ ਆਪਾਂ ਚੁੱਲ੍ਹੇ ਵੱਲ, ਅੱਗ ਬਾਲ ਕੇ ਤੇ ਇਹਨਾਂ ਨੂੰ ਕਰੀਏ ਜੀ ਆਪਾਂ ਫਰਾਈ। ਹੁਣ ਆਪਾਂ ਪਾ ਦਿੰਦੇ ਹਾਂ ਜੀ ਰਿਫਾਇੰਡ ਆਇਲ।
तेल गर्म हो जाएगा फिर उस तो बाद आपां स्नैक्स तलने शुरू करांगे। तेल गर्म हो गया हुण आपां स्नैक्स नूं तलना शुरू करदे हां। उन्ने की स्नैक्स विच पावांगे तेल दे जिन्ने किचे फ्राई हो जाण। थोड़े थोड़े इस तरह हत्थां नाल दबा के फिर आपां तेल च पावांगे। स्नैक्स है जिहड़े इन्हां नूं थोड़ा जिहा साइड चेंज कर दिंदे आ। इक इक दी सारिआं दी चेंज कर दांगे साइड। स्नैक्स साडे फ्राई हो गए ने ते हुण आपां इन्हां नूं कढ लैणे आ बाहर। जिहड़ा एक्सट्रा ऑयल आ उह सारा निचल जाएगा। इस तरह आप बाकी दी रेंडियां भी स्नैक्स फ्राई कर लैने। ਰਹਿੰਦੇ ਹੋਏ ਸਨੈਕਸ ਜਿਹੜੇ ਇਹਦੀ ਸਾਡੇ ਹੋ ਗਏ ਨੇ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲੈਂਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਫਰਾਈ ਹੋਏ ਨੇ। ਕਲਰ ਕਿੱਦਾਂ ਸੋਹਣਾ ਆਇਆ ਇਹਨਾਂ ਦਾ। ਬਹੁਤ ਹੀ ਵਧੀਆ ਫਰਾਈ ਹੋਏ ਨੇ। लो जी साढ़े रात की बची हुई रोटी तो बन के हो गए ने स्नैक्स तैयार। तुसी चाहो इनू हरी चटनी नाल भी खा सकदे हो, लाल चटनी नाल भी खा सकदे हो। ते आपां करांगे जी इनू हरी चटनी दे नाल सर्व। तुसी इन्हां नू देख सकदे हो कि किन्ने करारे बन के तैयार होए। तुसी इन्हां दी आवाज सुन सकदे हो, बहुत ही ज्यादा बन के तैयार होए ने वधिया। ते जेकर अज दी रेसिपी वधिया लगी होवे वीडियो नू लाइक शेयर ते चैनल नू कर दिओ जी सबसक्राइब, ताकि आने वाली वीडियो का नोटिफिकेशन तुहाडे तक पहुंच सके। मिलदे हां जी अगली वीडियो दे विच। धन्नवाद।